हाँ जी, ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਪਹੁੰਚ ਗਏ ਹਾਂ ਖੇਤ ਵਿੱਚ ਅਤੇ ਗੰਦ ਵੇਖਣਾ ਹੈ ਵੀ ਕਿੰਨਾ ਗਾ ਅਤੇ ਕਿਹੜੀ ਸਪਰੇਅ ਹੋਊਗੀ। ਅਤੇ ਆਓ ਆਪਾਂ ਗੰਦ ਵੇਖਦੇ ਹਾਂ ਕਿੰਨਾ ਗਾ। ਲਓ ਜੀ, ਗੰਦ ਤਾਂ ਨੋਰਮਲ ਹੈਗਾ ਢੋਲੀਆਂ 'ਤੇ। ਹੁਣ ਆਪਾਂ ਇਹ ਵੇਖ ਲਿਆ ਵੀ ਪੈਰਾਂ ਨੂੰ ਮਿੱਟੀ ਨਹੀਂ ਲੱਗਦੀ ਜਿਹੜੀ ਆਪਾਂ ਸਪਰੇਅ ਕਰਨੀ ਆ, ਪੈਰਾਂ ਨੂੰ ਮਿੱਟੀ ਨਹੀਂ ਲੱਗਣੀ ਚਾਹੀਦੀ। ਫਿਰ ਤੁਹਾਨੂੰ ਸਪਰੇਅ ਸਾਰਾ ਕੁਝ ਦਿਖਾਵਾਂਗੇ ਕਿਹੜੀ ਸਪਰੇਅ ਕੀਤੀ, ਕਿੰਨਾ ਰਿਜ਼ਲਟ ਆਇਆ, ਸਾਰੀ ਵੀਡੀਓ ਦੇਖਣੀ, ਸਾਰਾ ਕੁਝ ਦਿਖਾਵਾਂਗੇ ਕਿੰਨੀਆਂ ਡੰਡੀਆਂ ਲਾਈਆਂ, ਕਿਹੜੀ ਸਪਰੇਅ ਕੀਤੀ। ਹਾਂਜੀ ਵੀਰ ਜੀ, ਬਾਕੀ ਤੁਹਾਨੂੰ ਇਹ ਵੀ ਦੱਸ ਦਈਏ, ਆਹ 30 ਸਿਆਸੀ ਕਣਕ ਅਤੇ ਆਹ ਹੈਗੀ ਜੇ 122 ਇਕੱਠੀਆਂ ਬੀਜੀਆਂ। ਇਹਦਾ ਦਿਨ ਰਾਤ ਦਾ ਫਰਕ ਪੈ ਚੁੱਕਾ, ਇਹ ਭਰਨ ਦੇ ਵਿੱਚ ਖੱਟੀ ਪੈ ਗਈ ਆ ਅਤੇ ਆਹ ਬਿਲਕੁਲ ਸਹੀ ਆ। ਲਓ ਜੀ, ਸਪਰੇ ਵੀ ਕਰੀ ਜਾਂਦੇ ਹਾਂ। ਦੇਖੋ ਜੀ, ਅੱਜ ਤੁਹਾਡੀ ਤਾਂ ਬਹੁਤ ਗੰਦ ਆ, 6 ਡੰਡੀਆਂ ਲੱਗ ਗਈਆਂ। ਬਾਕੀ ਰਿਜ਼ਲਟ ਤੁਹਾਨੂੰ ਸਾਰਾ ਵਿਖਾਵਾਂਗੇ ਬਾਅਦ ਅਗਲੀ ਵੀਡੀਓ ਵਿੱਚ।